ਕਹਿੰਦੇ ਨਾਨਕੇ ਘਰ ਜਾਵਾਂਗੇ, ਮੋਟੇ ਹੋ ਕੇ ਆਵਾਂਗੇ, ਦੁੱਧ ਮਲਾਈ ਖਾਵਾਂਗੇ। ਹਾਂ ਉਹ ਗੱਲ ਹੈ। ਆ ਲੋ ਜੀ ਜਵਾਈ ਲਾ ਲਿਆ, ਕੰਮ ਆਉਂਦੇ ਸਾਰੇ ਪਿੰਡਾਂ ਤਾਂ ਨੀ ਇਹਦੇ ਚ ਬੈਠੀਆਂ ਦੇਖਿਓ ਕਿਤੇ। ਲੈ ਕਿੰਨਾ ਡਰਦਾ ਵਿਚਾਰਾ, ਦੇਖਾਂ ਤਾਂ ਪਿਆ ਲੱਗਦਾ ਮੈਨੂੰ ਪਿਆ ਪਿਆ। ਹੁਣ ਦੱਸ ਤੂੰ ਕੁਛ ਬੋਲਿਆ ਹੀ ਨੀ ਹੈਗਾ, ਧੀ ਦੀ ਪਾਖੇ ਨੀ ਦਿੰਦਾ, ਜਵਾਈ ਦੀ ਦਿੰਦਾ ਹਰ ਨਾ। ਸੱਚੀ ਗੱਲ ਦੱਸ ਵੀ ਮੈਂ ਉਰੇ ਕੰਮ ਕਰਿਆ ਕਰਿਆ ਕਿ ਨਹੀਂ ਕਰਿਆ? ਇਹ ਕੰਮ ਤਾਂ ਵਧੀਆ ਕਰਿਆ, ਕਰਿਆ ਵਧੀਆ। ਮੇਰੇ ਵਰਗਾ ਚੋਰ ਹੋਣਾ ਕੋਈ? ਆਹ ਕੀ ਗੱਲ ਬਾਈ, ਬਾਈ ਨਾਲੇ ਤਾਂ ਜਵਾਈ ਤੇ ਕੰਮ ਕਰਾਇਆ ਜਾ ਰਿਹਾ ਬਾਈ, ਮੈਨੂੰ ਤਾਂ ਬਹੁਤ ਤਰਫਣਾ ਹੋ ਰਹੀ ਹੈ ਮੇਰਾ ਘਰ ਇਹਨਾਂ ਦੇ ਪੈਂਦਾ ਵਾ। ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਦਾਸ ਕਰਨੀ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤ ਰੱਖੇ, ਦੁੱਖ ਤਕਲੀਫਾਂ ਤੋਂ ਦੂਰ ਰੱਖੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੱਜ ਅਸੀਂ ਜੀ ਸੁਰਿੰਦਰ ਕੌਰ ਜੀ ਕਰ ਰਹੀ ਹੈ ਆਪਣੇ ਜਵਾਈ ਭਾਈ ਦੀ ਸੇਵਾ। ਦੱਸੋ ਜੀ ਕਿਆ ਬਣਾ ਰਹੇ? ਅਸੀਂ ਬਣਾ ਰਹੇ ਹਾਂ ਜੀ ਆਲੂ ਵਾਲੇ ਪਰੌਂਠੇ। ਓਹਦੇ ਕਰਕੇ ਸਪੈਸ਼ਲ ਆਲੂ ਵਾਲੇ ਪਰੌਂਠੇ ਬਣ ਲੱਗੇ। ਤੇ ਆ ਗਈ ਜੀ ਮੇਰੀ ਭੈਣ ਦੀ ਕੁੜੀ ਜਪਨੂਰ। ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਓ, ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਕੋਈ ਨੀ, ਪਰੌਂਠੇ ਮੈਂ ਤਾਂ ਖਾਣੇ ਨੀ ਵੀ, ਜੇ ਤੁਸੀਂ ਕਰਨ ਦੀ ਡਿਮਾਂਡ ਪੂਰੀ ਕਰਤੀ ਤਾਂ ਬੈਟਰ ਆ। ਹਾਂ ਕਰਨ ਵੀਰ ਦੀ ਡਿਮਾਂਡ ਹਰੇਕ ਪੂਰੀ ਕਰਨ ਦੀ ਜ਼ਰੂਰਤ ਆ। ਹਾਂ ਜ਼ਰੂਰਤ ਨਹੀਂ, ਬੱਚਾ ਆਉਂਦਾ। ਹਾਂ ਪਿਆਰ ਨਾਲ ਕਹਿੰਦੇ ਹੁੰਦੇ ਨਾਨਕੇ ਘਰ ਜਾਵਾਂਗੇ, ਮੋਟੇ ਹੋ ਕੇ ਆਵਾਂਗੇ, ਦੁੱਧ ਮਲਾਈ ਖਾਵਾਂਗੇ। ਹਾਂ ਉਹ ਗੱਲ ਹੈ। ਹਾਂ ਹੁਣ ਕਰਨ ਵੀਰ ਲੱਗਿਆ ਵਾ ਖਾਣ। ਉਹ ਡੈਡੀ ਕਹਿੰਦੇ ਵੀ ਇੱਕ ਮੋਟਰ ਵੀ ਖੋਲਣੀ ਯਾਰ, ਪਲੱਗ ਜੇ ਖੋਲ ਦਿਓ ਫਿਰ ਤੁਸੀਂ। ਚੱਲ ਉਹਦਾ ਜੇ ਹੁਣ ਡੈਡੀ ਨੇ ਕਹਿ ਦਿੱਤਾ ਕਿਆ ਸਮਾਚਾਰ ਆ, ਕਿਆ ਕਿੱਦਾਂ ਕਿੱਦਾਂ ਦੇ ਬਣੇ ਪਰੌਂਠੇ? ਕਿੰਨੇ ਕਿੰਨੇ ਚੱਕ ਤੇ ਫੱਟੇ? ਦੋ ਚਾਰ ਖਾ ਲੇ ਦੋ। ਧੰਨਵਾਦ ਕਰਤਾ, ਹੋਰ ਹੁਣ ਰੱਬ ਚਾਹੀਦਾ ਸਾਨੂੰ। ਇਹਦਾ ਸੁੱਤੀ ਪਈ ਆ, ਪਰੌਂਠੇ ਆਪਣਾ ਦਹੀਂ ਦੁਹੀਂ ਗਾ ਕੇ ਨਜ਼ਾਰੇ ਨਾਲ ਘਰਾੜੇ ਮਾਰਦੀ ਆ। ਸਹੀ ਗੱਲ। ਚੱਲ ਫਿਰ ਖੋਲ ਦੋ ਤੁਸੀਂ ਮੋਟਰ। ਚੱਲ ਮੈਂ ਮੋਟਰ ਖੋਲਦਾ ਦੇਖਦਾ ਫਿਰ ਹੁਣ। ਤੁਸੀਂ ਗਰਮੀ ਚ ਮੇਰੀ ਰੇਲ ਬਣਾਉਣੀ ਓ ਬਣਾਉਣੀ ਆ, ਕੋਈ ਗੱਲ ਨੀ, ਖਿੱਚ ਦੋ ਪੁੱਤ ਜਿੰਨੇ ਖਾਣੇ ਰੱਜ ਕੇ ਖਾਓ, ਕੋਈ ਚੱਕਰ ਨੀ। ਠੀਕ ਆ ਠੀਕ ਆ। ਆ ਲੋ ਜੀ ਜਵਾਈ ਲਾ ਲਿਆ, ਕੰਮ ਆਉਂਦੇ ਸਾਰੇ ਪਿੰਡਾਂ ਤਾਂ ਨੀ ਇਹਦੇ ਚ ਬੈਠੀਆਂ ਦੇਖਿਓ ਕਿਤੇ। ਲੈ ਕਿੰਨਾ ਡਰਦਾ ਵਿਚਾਰਾ, ਡੈਡੀ ਕਹਿੰਦਾ ਡੈਡੀ ਦੇ ਗੱਲ ਦੇ ਲੈ ਕਿੱਥੇ ਮਾਰੀ ਆ, ਕਹਿੰਦਾ ਪਿੰਡਾਂ ਤੁਹਾਡੀ ਗੱਡੀ ਚ ਹੁੰਦੇ ਨੇ, ਹੁਣ ਤਾਂ ਨੀ ਹੈਗੀ ਜੀ। ਡੈਡੀ ਵੈਸੇ ਆਪਾਂ ਮੋਟਰ ਕਾਹਦੇ ਖੋਲਣੀ? ਮੋਟਰ ਲੋਡ ਵੱਧਦਾ। ਅੱਛਾ ਹਾਂ ਇਹ ਕਰਾ ਮੈਂ ਹੁਣ। ਥੈਲੇ ਚ ਕੀ ਲੱਭੀ ਜਾਂਦੇ ਹੋ? ਥੈਲੇ ਚ ਨਾ ਮੇਰਾ ਟੂਲ ਦਾ ਸਮਾਨ। ਅੱਛਾ ਏਸੀ ਚ ਲੱਗ ਗਈਆਂ ਹੈ? ਦੱਸ ਮੈਨੂੰ ਲੱਗਦਾ ਇਹ ਜਾਮ ਆ ਨਾਟਾ ਜੀ। ਨਾਟ ਤਾਂ ਦੇਖੀ ਜਾਂਦੇ ਸ਼ਹਿਰੇ ਖੁੱਲਣ ਇਹਦੇ ਪਾਣੀ ਨਹੀਂ ਪੈਂਦਾ ਰਿਹਾ। ਫੱਟੀ ਸਮੇਤ ਖੋਲ ਦੋ। ਹੋ
ਮੋਟਰ ਦਿਖਣੀ ਨਹੀਂ ਚਾਹੀਦੀ ਜੇ ਮੋਟਰ ਦੇਗੀ ਤਾਂ ਕੰਮ ਖਰਾਬ ਆ ਮੈਨੂੰ ਲੱਗਦਾ ਈ ਵਿਕਰਮ ਸਿੰਘ ਦਾ ਪੂਰਾ ਲੱਗਿਆ ਹੋਇਆ ਹੈ ਜੋਰ ਨਾ ਟਿੱਕ ਵੀ ਨਹੀਂ ਖੁੱਲਿਆ ਰੈਂਚ ਨਹੀਂ ਹੈਗਾ ਜੀ ਕੋਈ ਰੈਂਚ ਕੀ ਹੁੰਦਾ ਈ ਉਹ ਰੈਂਚ ਵੀ ਹੁੰਦਾ ਕੋਈ ਚੀਜ਼ ਸਿਸਟਮ ਚਾਬੀ ਆਹੀ ਨੰਬਰ ਵਾਲੀ ਚਾਹੀਦੀ ਹੈ ਕਿੰਨੀ ਹੈ 15 ਨੰਬਰ ਚਾਬੀ ਲੱਗਣੀ ਜੀ ਦੋ ਚਾਹੀਦੀਆਂ ਨਟ ਘੁੰਮਦੇ ਆ ਥੱਲੇ ਤੇ 15 ਨੰਬਰ ਹੱਥ ਚ ਖੋਰ ਚਾਹੀਦੀ ਨਾ 15 17 16 ਪਲਾਸ ਤਾਂ ਇਹਦੇ ਤੇ ਪਏ ਆ ਜੀ ਦੋ ਪਏ ਆ ਜੀ ਹੋਰ ਸੁਣਾਓ ਬਸ ਠੀਕ ਹੈ ਹਾਂ ਜੀ ਦੋ ਪਲਾਸ ਆ ਬਹੁਤ ਵਧੀਆ ਦਿਖਾ ਰਿਹਾ ਆ ਬਿੱਲ ਕਿੰਨਾ ਆਇਆ ਤੁਹਾਨੂੰ 3360 ਰੁਪਏ ਅੱਛਾ ਚੱਕ ਤੇ ਫਟੇ ਜਾਣੀ ਕਿ ਬੱਲ ਨਾ ਚੱਕ ਤੇ ਫਟੇ ਅੱਛਾ ਅੱਛਾ ਪਤਾ ਠੀਕ ਹੈ ਹੁਣ ਦੇਖੋ ਕਿੰਨਾ ਅੱਛਾ ਜੀ ਅੱਛਾ ਸੱਚੀ ਆ ਪ੍ਰਿੰਟਾਂ ਨਿਕਲਦੀਆਂ ਵੜਦੀਆਂ ਉਹ ਦੇਖੋ ਦੇਖਦੀ ਆ ਜੇ ਕੋਲ ਜਾ ਕੇ ਜ਼ੂਮ ਹੁੰਦਾ ਪ੍ਰਿੰਟ ਤਾਂ ਮੇਰੇ ਇੱਕ ਮਗਰੇ ਪੈਣ ਲੱਗੀ ਸੀ ਉਹ ਮੈਂ ਦੇਖਣ ਲੱਗੀ ਸੀ ਉਹਨੂੰ ਮੈਂ ਆ ਵੀ ਮੇਰੇ ਨਾਲ ਇਹ ਪੰਗੇ ਲੈਣ ਆਈ ਹੈ ਮੈਂ ਉਹਦੇ ਤਾਂ ਸੁੱਜ ਕੇ ਜਾਣਾ ਤਾਂ 15 ਨੰਬਰ ਦੀ ਚਾਬੀ ਚਾਹੀਦੀ ਡੈਡੀ ਉੱਥੇ ਪਲਾਸ ਵੀ ਨਹੀਂ ਲੱਗਣਾ ਢੇਰੀ ਉਹ ਕਰ ਲਾ ਬੱਚਾ ਆ ਕਰ ਲਿਆ ਢੇਰੀ ਦੱਸ ਮੇਰੇ ਵਰਗਾ ਚੋਰ ਹੋਣਾ ਕੋਈ ਵਿਕਰਮਾ ਕੋਈ ਨਾ ਬੁੱਗਾ ਦਿਲ ਤੇ ਨਾ ਲਾ ਉਹ ਜਿਵੇਂ ਉਹ ਫਲਾਂ ਵਾਲੇ ਦੀ ਗੱਲ ਯਾਦ ਆ ਗਈ ਉੱਥੇ ਤੇ ਫਲ ਲੈਂਦੇ ਹੁੰਦੇ ਸੀ ਉੱਥੇ ਵੇਲਾ ਚੌਕ ਤੇ ਉਹ ਜਿਹੜਾ ਇੱਕ ਭਾਈ ਕਹਿੰਦਾ ਸਰਦਾਰ ਜੀ ਤੂੰ ਮੇਰੇ ਨਾਲ 200 ਰੁਪਏ ਉਧਾਰ ਕਰਕੇ ਗਿਆ ਤਾ ਰਾਤ ਨੂੰ ਹੈ ਇਹ ਕਹਿੰਦੇ ਵੀ ਮੈਂ ਤਾਂ ਤੇਰੇ ਨਾਲ ਕਦੇ ਪੈਸੇ ਦਾ ਉਧਾਰ ਨਹੀਂ ਕਰਿਆ ਵੀ ਫਰੂਟ ਨਾ ਕਹਿੰਦਾ ਤੇਰੇ ਵਰਗੇ ਤੇ ਹੀ ਸਰਦਾਰ ਜੀ ਪੱਟਾ ਮਾਰ ਕੇ ਹੀ ਲੈ ਗਿਆ ਫਰੂਟ ਤਾਂ 200 ਦੇ ਕਿਆ ਪਤਾ ਕਿਹਦੇ ਭੁਲੇਖੇ ਉਹਨੂੰ ਦੇ ਦਿੱਤੇ ਉਹਨੇ ਕੋਈ ਹੋਰ ਲੈ ਗਿਆ ਜੀ ਉਹ ਮੈਨੂੰ ਲੱਗ ਗਿਆ ਕਹਿਣ ਕਹਿੰਦਾ ਯਾਰ ਤੂੰ ਮੇਰੇ ਤੇ ਉਧਾਰ ਨਹੀਂ ਕਰਦਾ ਮੈਂ ਜ਼ਿੰਦਗੀ ਚ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਕਿਤੇ ਦੇ ਰੁਪਈਏ ਦਾ ਉਧਾਰ ਕਰਿਆ ਨਹੀਂ ਹੈਗਾ ਖੁੱਲਿਆ ਨਟ ਹੀ ਖੁੱਲ ਗਿਆ ਦੇਖੋ ਦਾ ਉਹ ਤਾਂ ਨਟ ਜ਼ਿਆਦਾ ਨੀਚੇ ਅੱਛਾ ਉਹ ਜਰ ਹੀ ਲੱਗ ਗਈ ਜਰ ਲੱਗੀ ਵੀ ਵਸ ਪਾਣੀ ਨਹੀਂ ਪਿਆ ਹੈਗਾ ਅੱਛਾ ਹਾਂ 10 ਸਾਲ ਦੇ ਹੋ ਗਏ ਇੱਥੇ ਆਪਾਂ ਇੱਧਰ ਨੂੰ ਜਾ ਮੈਂ 10 ਸਾਲ ਦੀ ਤੀ ਜ਼ਿਆਦਾ ਇੱਥੇ ਇੱਧਰ ਹਾਂ ਮੋਟਰ ਵੀ ਦੁਬਾਰਾ ਨਹੀਂ ਕਰਾ ਕੇ ਲਿਆ ਫੱਟੀਆਂ ਲੋਕ ਨੇ ਅੱਛਾ ਫੇਰ 20 ਹਾਂ ਇੱਕ ਸੀਨ ਹੋ ਰਿਹਾ ਚਾਰ ਨਾਟਾ ਡੈਡੀ ਚਾਰ ਨਾਟ ਚਾਰ ਉੱਧਰ ਚਾਰ ਉੱਧਰ ਦਵੰਨੇ ਹੀ ਇਸ ਦੂਜੀ ਸਾਈਡ ਵਾਲੇ ਖੋਲਣੇ ਤਾਂ ਵੀ ਚਾਰੇ ਖੋਲਣੇ ਫੱਟੀਆਂ ਦੇ ਖੋਲਦੇ ਕਿ ਫੱਟੀ ਸਮੇਤ ਹੀ ਖੋਲਦਾ ਜੀ ਮੈਂ ਫੱਟੀਓ ਚੱਕ ਲੈਣੀ ਆ ਚੱਕਣੀ ਹੁਣ ਬਾਅਦ ਚ ਕੱਸ ਲਿਓ ਜਦ ਕਸਣੀ ਵੀ ਤੁਸੀਂ ਓ ਆਈ ਫਿਰ ਮੈਂ ਹੀ ਕਹਾ ਦੂੰਗਾ ਕੀ ਕਰਨਾ ਤੋਂ ਪਹਿਲਾਂ ਇੱਕ ਰੂਪ ਕਰਨਾ ਦਾ ਅਰਥ ਹੀ ਕਰ ਹਾਂ ਬਾਰੇ ਦੋ ਮਿੰਟ ਜੁੜਨਾ ਅੱਛਾ
ਫੁੱਲ ਤਾਂ ਲਗਭਗ ਸਾਰੀ ਗਈ ਫਿਰ ਤਾਂ ਹੋਰ ਡਾਡੀ ਜੇ ਗੋਆ ਗੋਆ ਚੱਕਣਾ ਉਹ ਵੀ ਦੱਸ ਦਿਓ ਦੇਖਾਂ ਤਾਂ ਪਿਆ ਲੱਗਦਾ ਮੈਨੂੰ ਪਿਆ ਪਿਆ ਜੇ ਕੋਈ ਭਾ ਆ ਗਿਆ ਬਿਜਲੀ ਵਾਲਾ ਆ ਡੇਢ ਪਾਵਰ ਚ ਗਿਆ ਹੁੰਦਾ ਪਾਵਰ ਪਲੱਗ ਜਿਹੜਾ ਲਾਇਆ ਵਾ ਤੁਸੀਂ ਸਿੱਧੇ ਡੈਡੀ ਰੱਖਣਗੇ ਬਿਕਰਮ ਸਿੰਘ ਚੱਕ ਕੇ ਸੱਬਲ ਬਈ ਜਵਾਈ ਤਾਂ ਹੈ ਜਿਹਾ ਹੋਣਾ ਚਾਹੀਦਾ ਘਰ ਘਰ ਰੱਖਣੀ ਕਿੱਥੇ ਜੀ ਭਾਰੀ ਕਿੰਨੀ ਕ ਕਣਕ ਨੂੰ ਦਵਾਈ ਲਾ ਦਿੱਤੀ ਜੀ ਚਲੋ ਵਧੀਆ ਮੈਂ ਤੁਹਾਡੀ ਵੀ ਆ ਰਹੀ ਹੂੰ ਤੁਹਾਡੀ ਕੱਟ ਹੋ ਗਿਆ ਜੀ ਚੜੂੰਗਾ ਕਿ ਮੈਂ ਉੱਪਰ ਗਰਗੋਰ ਨਾ ਜਾਇਓ ਤਾਂ ਘੰਟੂ ਕੁੰਡ ਦੀ ਤਾਂ ਨੀ ਲੋੜ ਇਹਨਾਂ ਨੂੰ ਬਾਅਦ ਚ ਇਹਦੇ ਘਰ ਦਾ ਹੀ ਸਾਰਾ ਕਨੈਕਸ਼ਨ ਹੋ ਜਾਵੇ
ਵੈਸੇ ਉਹ ਤਾਂ ਕਾਲੀ ਤਾਰ ਜੀ ਅੰਦਰ ਨੂੰ ਜਾਂਦੀ ਆ ਪਲੱਗ ਚ ਨੂੰ ਜਾਂਦੀ ਆ ਡੈਡੀ ਬਿਜਲੀ ਦਾ ਕੰਮ ਕਰਦਾ ਰਿਹਾ ਤੇਰਾ ਜਵਾਈ ਆ ਲੋ ਜੀ ਜਵਾਈ ਲਾ ਲਿਆ ਕੰਮ ਫਿਰ ਬਾਅਦ